ਗਰੀਬ ਪਰਿਵਾਰ ਦੀ ਬੱਚੀ ਨੇ ਲੱਭੀ ਸਫਲਤਾ ਦੀ ਕੁੰਜੀ। ਚਾਹ ਬਣਾਉਣ ਵਾਲੇ ਦੀ ਬੇਟੀ ਨੇ 12ਵੀਂ ਚ ਕੀਤਾ ਟੌਪ। ਫਰੀਦਕੋਟ ਦੀ ਸੀਆ ਨੇ ਮਾਂ ਪਿਓ ਦਾ ਨਾਮ ਕੀਤਾ ਰੋਸ਼ਨ। ਅਸੀਂ ਅਕਸਰ ਹੀ ਸੁਣਦੇ ਹਾਂ ਕਿ ਸਫਲਤਾ ਕਿਸੇ ਦੀ ਮੁਹਤਾਜ ਨਹੀਂ ਹੁੰਦੀ, ਜੋ ਮਿਹਨਤ ਕਰਦਾ ਹੈ ਉਹ ਸਫਲ ਜ਼ਰੂਰ ਹੁੰਦਾ ਹੈ। ਬਿਲਕੁਲ ਕੁਝ ਅਜਿਹਾ ਹੀ ਕੀਤਾ ਹੈ ਫਰੀਦਕੋਟ ਦੇ ਰੇਲਵੇ ਸਟੇਸ਼ਨ ਤੇ ਚਾਹ ਬਣਾਉਣ ਵਾਲੇ ਧਰਮਪਾਲ ਦੀ ਬੇਟੀ ਸੀਆ ਨੇ। ਇਸ ਮੌਕੇ ਤੇ ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਅੱਜ ਸੀਆ ਦਾ ਨਾਮ ਇਸ ਕਦਰ ਲੋਕਾਂ ਦੀ ਜ਼ੁਬਾਨ ਤੇ ਚੜ ਗਿਆ ਹੈ ਕਿ ਫਰੀਦਕੋਟ ਦੇ ਲੋਕ ਸੀਆ ਦੇ ਪਿਤਾ ਨੂੰ ਵਧਾਈਆਂ ਦੇਣ ਪਹੁੰਚ ਰਹੇ ਨੇ। ਇਸ ਮੌਕੇ ਵਿਦਿਆਰਥੀਆਂ ਸੀਆ ਦਾ ਕੀ ਕਹਿਣਾ, ਆਓ ਸੁਣਦੇ ਹਾਂ। ਬਹੁਤ ਵਧੀਆ ਰਿਹਾ, ਬਹੁਤ ਖੁਸ਼ੀ ਹੁੰਦੀ ਪਈ ਹੈ। ਸਪਨੇ 'ਚ ਵੀ ਨਹੀਂ ਸੋਚਿਆ ਸੀਗਾ ਇਹ ਸਭ ਹੋਊਗਾ, ਸਪਨਾ ਹੀ ਲੱਗਦਾ ਪਿਆ ਸਾਰਾ। ਬਹੁਤ ਖੁਸ਼ੀ ਹੁੰਦੀ ਪਈ ਸਰ। ਕਿਵੇਂ ਪਤਾ ਲੱਗਿਆ, ਰਿਜ਼ਲਟ ਖੁਦ ਵੇਖਿਆ ਜਾਂ ਫੋਨ ਆਇਆ, ਕਿਵੇਂ ਹੋਇਆ? ਮੇਰੀ ਮੈਮ ਦਾ ਫੋਨ ਆਇਆ ਸੀਗਾ, ਮੈਮ ਨੇ ਦੱਸਿਆ ਮੈਨੂੰ, ਅਤੇ ਸ਼ਾਮ ਨੂੰ ਮੈਮ ਨੇ ਫਿਰ ਫੋਨ ਕਰਕੇ ਸਕੂਲੇ ਬੁਲਾਇਆ ਸੀਗਾ, ਫਿਰ ਅਸੀਂ ਸਕੂਲ ਗਏ ਸੀਗੇ। ਹਾਂਜੀ, ਕੀ ਸੋਚਿਆ ਜ਼ਿੰਦਗੀ ਵਿੱਚ, ਕੀ ਕਰਨਾ ਅੱਗੇ, ਹੁਣ ਕੀ ਬਣਨਾ? ਅੱਗੇ ਮੈਂ ਆਪਣਾ ਹੋਰਟੀਕਲਚਰ 'ਚ ਹੀ ਆਪਣਾ ਫਿਊਚਰ ਸਿਕਿਓਰ ਕਰਨਾ ਚਾਹੁੰਦੀ ਹਾਂ, ਇੰਨੀ ਕੰਟੀਨਿਊ ਕਰਨਾ ਚਾਹੁੰਦੀ ਹਾਂ ਅੱਗੇ। ਤੁਹਾਡੇ ਪਾਪਾ ਚਾਹੇ ਬਣਾਉਂਦੇ ਆ, ਲੋਕਾਂ ਨੂੰ ਚਾਹੇ ਪਿਲਾਉਂਦੇ ਆ, ਫਿਰ ਤੁਸੀਂ ਕਿਵੇਂ ਮਦਦ ਕਰਦੇ ਉਹਨਾਂ ਦੇ ਹਿਸਾਬ ਕਿਤਾਬ ਤੁਸੀਂ ਦੇਖਦੇ ਹੋ ਸਾਰਾ? ਹਾਂਜੀ, ਅਸੀਂ ਦੇਖਦੇ ਹਾਂ, ਔਰ ਜੋ ਸਮਾਨ ਵਗੈਰਾ ਹੁੰਦਾ ਅਸੀਂ ਨਾਲ ਹੈਲਪ ਕਰਦੇ ਹਾਂ। ਹਾਂਜੀ, ਕਿਵੇਂ ਲੱਗ ਰਿਹਾ ਤੁਹਾਡੀ ਸਿਸਟਰ ਦਾ ਅਤੇ ਤੁਹਾਡਾ ਵੀ ਰਿਜ਼ਲਟ ਸੁਣਿਆ, ਬਹੁਤ ਵਧੀਆ। ਹਾਂਜੀ, 8th ਕਲਾਸ 'ਚ, ਹੁਣ 9th 'ਚ ਹੋ ਗਏ। 8th 'ਚ ਕਿੰਨੇ ਆ ਗਏ? 92%। ਹੁਣ ਆਪਣੀ ਪੈਰ ਤੋਂ ਵੱਧ ਲੈਣੇ ਘੱਟ ਲੈਣੇ ਅੱਗੇ? ਵੱਧ ਲੈਣੇ। ਹਾਂਜੀ, ਸੀਆ ਦੀ ਸਫਲਤਾ ਪਿੱਛੇ ਜਿੰਨਾ ਹੱਥ ਉਸਦੇ ਮਾਤਾ ਪਿਤਾ ਦਾ ਹੈ, ਉਨਾ ਹੀ ਹੱਥ ਉਸਦੇ ਸਕੂਲ ਅਤੇ ਅਧਿਆਪਕਾਂ ਦਾ ਵੀ ਹੈ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸੀਆ ਨੇ ਕਿੱਦਾਂ ਕੀਤਾ ਸਕੂਲ ਦਾ ਨਾਮ ਰੋਸ਼ਨ। ਸਰ, ਤੁਹਾਡਾ ਬੜਾ ਵੱਡਾ ਯੋਗਦਾਨ ਰਿਹਾ ਹੈ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ, ਕਿਵੇਂ ਦੇ ਬੱਚੇ ਰਹੇ ਨੇ ਅਤੇ ਕਿਸ ਤਰੀਕੇ ਦਾ ਲੱਗ ਰਿਹਾ ਕਿ ਸਕੂਲ ਦਾ ਨਾਮ ਵੀ ਰੋਸ਼ਨ ਹੋਇਆ, ਜ਼ਿਲ੍ਹੇ ਵਿੱਚੋਂ ਅਵਲ ਬੱਚੀਆਂ ਜਿਹੜੀਆਂ ਹੈ? ਸਾਡੇ ਵਾਸਤੇ ਅੱਜ ਬੜੀ ਮਾਣ ਵਾਲੀ ਗੱਲ ਹੈ, ਕਿਉਂਕਿ ਤਕਰੀਬਨ ਮੈਨੂੰ 4 ਸਾਲ ਹੋ ਗਏ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲੇ ਨੂੰ। ਤਾਂ ਅਸੀਂ ਆਏ ਸਾਲ ਜਿਹੜਾ ਹੈਗੇ ਤਿਆਰੀ ਕਰਦੇ ਸੀਗੇ। ਪਿਛਲੀ ਵਾਰ ਸਾਡਾ ਇੱਕ ਬੱਚਾ ਜਿਹੜਾ ਮੈਰਿਟ 'ਚ ਪਲੱਸ ਟੂ ਦਾ ਸੀ, 1 ਨੰਬਰ ਪਿੱਛੇ ਰਹਿ ਗਿਆ ਸੀਗਾ, ਪਰ ਐਂਡ ਕੇ ਇਸ ਬੇਟੀ ਨੇ ਦੀਆ ਨੇ ਸਾਡਾ ਜਿਹੜਾ ਹੈਗਾ ਉਹ ਸੁਪਨਾ ਪੂਰਾ ਕੀਤਾ। ਕਿਉਂਕਿ ਅਸੀਂ ਜਦੋਂ ਪਲੱਸ ਵਨ ਦੇ ਪੇਪਰ ਹੋ ਜਾਂਦਾ, 9th ਦੇ ਪੇਪਰ ਹੋ ਜਾਂਦੇ ਆ, ਤਾਂ ਉੱਥੋਂ ਬਾਅਦ ਬੱਚਿਆਂ ਦੀ ਮੈਰਿਟ ਦੇ ਅਕੋਰਡਿੰਗ ਜਿਹੜੇ ਸਾਨੂੰ ਲੱਗਦਾ ਹੁੰਦਾ 90 ਤੋਂ ਵੱਧ ਬੱਚੇ ਹੁੰਦੇ ਆ, ਫਿਰ ਅਸੀਂ ਉਹਨਾਂ ਨੂੰ ਇੱਕ ਗਰੁੱਪ ਬਣਾਉਂਦੇ ਆ। ਤਾਂ ਉਹਨਾਂ ਦੇ ਗਰੁੱਪ ਦੇ ਵਿੱਚ ਅਸੀਂ ਉਹਨਾਂ ਤਿਆਰੀ ਕਰਾਉਂਦੇ, ਟੀਚਰ ਸਾਹਿਬਾਨ ਜਿਹੜੇ ਹੈਗੇ ਆ ਅਲੱਗ ਅਲੱਗ ਵਿਸ਼ਿਆਂ ਦੀ ਤਿਆਰੀ ਕਰਾਉਂਦੇ ਆ। ਤਾਂ ਇਹ ਇੱਕ ਉਹਦੀ ਪਲੈਨਿੰਗ ਆ, ਉਹਦਾ ਸਿੱਟਾ ਹੈਗਾ, ਕਿਉਂਕਿ ਮੈਨੂੰ ਜਿੱਥੋਂ ਤੱਕ ਪਤਾ ਵੀ ਇਹ ਸ਼ਾਇਦ ਇਹ ਸਕੂਲ ਦਾ ਜਿਹੜਾ ਡਾਕਟਰ ਮਹਿੰਦਰ ਬਰਾੜਾ ਸਾਂਭੀ ਗੌਰਮੈਂਟ ਕੰਨਿਆ ਸਕੂਲ ਫਰੀਦਕੋਟ ਹੈ, ਇਹ ਸ਼ਾਇਦ ਪਹਿਲਾ ਬੱਚਾ ਜਿਹੜਾ ਮੈਟ ਦੇ ਵਿੱਚ ਆਇਆ, ਇਹ ਵੀ ਇੱਕ ਮੀਲ ਪੱਥਰ ਇਹਦੇ ਨਾਂ 'ਤੇ ਜਿਹੜਾ ਹੈਗਾ ਦਰਜ ਹੋਇਆ।
ਤਾਂ ਮੈਂ ਕਿਉਂਕਿ ਪਿਛਲੀ ਹਿਸਟਰੀ ਤਾਂ ਜ਼ਿਆਦਾ ਨਹੀਂ ਮੈਨੂੰ ਪਤਾ, ਪਰ ਜਿਹੜਾ ਜਿੰਨਾ ਕੁ ਮੈਨੂੰ ਪਤਾ ਕੀਤਾ ਵੀ ਇੱਦੋਂ ਪਹਿਲਾਂ ਮੈਟ ਵਾਲੇ ਬੱਚੇ ਕੋਈ ਪਤਾ ਨਹੀਂ ਲੱਗਿਆ ਵੀ ਹੈਗਾ ਸੀਗਾ, ਪਰ ਜਿੱਥੋਂ ਤੱਕ ਪਤਾ ਲੱਗਿਆ ਵੀ ਇਹ ਕੱਲ ਪਹਿਲੇ ਬੱਚਾ ਹੈ, ਤਾਂ ਸਾਨੂੰ ਸਾਰੇ ਸਾਨੂੰ ਤਾਂ ਮਾਣ ਹੈਗਾ ਹੀ ਹੈਗਾ, ਕਿਉਂਕਿ ਦੇਖੋ ਟੀਚਰ ਸਾਹਿਬਾਨ ਜਿਹੜੇ ਹੈਗੇ ਮੈਡਮ ਦਮਨ ਹੈ, ਇਹਨਾਂ ਦੇ ਇੰਚਾਰਜ ਆ ਬੜੇ ਸਿੰਸੀਅਰ ਹੈ, ਡੈਡੀਕੇਟਡ ਨੇ, ਤਾਂ ਇਹ ਦੂਜੇ ਸਬਜੈਕਟਾਂ ਦੇ ਅਧਿਆਪਕ ਸਾਹਿਬਾਨ ਵੀ ਇਹਨਾਂ ਦੇ ਮਿਹਨਤ ਕਰਾਉਂਦੇ ਨੇ, ਤਾਂ ਸਾਡੀ ਸਾਰਿਆਂ ਦੀ ਜਿਹੜੀ ਇੱਕ ਟੀਮ ਵਰਕ ਹੁੰਦੀ ਆ, ਟੀਮ ਜਦੋਂ ਪ੍ਰੋਪਰ ਕੰਮ ਕਰਦੀ ਹੈ ਤਾਂ ਉਹਦਾ ਰਿਜ਼ਲਟ ਆਉਣਾ ਸੁਭਾਵਿਕ ਤੌਰ 'ਤੇ ਹੁੰਦਾ। ਤਾਂ ਸਾਡੇ ਜਿੱਥੇ ਸਕੂਲ ਵਾਸਤੇ ਮਾਣ ਵਾਲੀ ਗੱਲ ਹੈ, ਇਹ ਪਰਿਵਾਰ ਵਾਸਤੇ ਇਹਨਾਂ ਦੇ ਮਦਰ ਫਾਦਰ ਖੜ੍ਹੇ ਨੇ, ਇਹਨਾਂ ਦੀ ਛੋਟੀ ਸਿਸਟਰ ਹੈਗੀ ਆ, ਉਹਨਾਂ ਦੇ ਵੀ ਰਿਜ਼ਲਟ ਅੱਜ ਆਇਆ, ਤਾਂ ਉਹ ਵੀ 92% 8ਵੀਂ ਦੇ ਵਿੱਚ ਨੰਬਰ ਲੈ ਕੇ ਗਈ। ਮੈਂ ਉਹਨਾਂ ਨੂੰ ਅਤੇ ਇਹਨਾਂ ਦੇ ਪੇਰੈਂਟਸ ਨੂੰ ਮੁਬਾਰਕਬਾਦ ਦਿੰਦਾ ਵੀ ਇਹਨਾਂ ਬੱਚਿਆਂ ਨੇ ਜਿਹੜਾ ਸਾਡਾ ਅਤੇ ਪੇਰੈਂਟਸ ਦਾ ਸਕੂਲ ਦਾ ਨਾਂ ਰੋਸ਼ਨ ਕੀਤਾ, ਤਾਂ ਸਾਡੇ ਜ਼ਿਲ੍ਹੇ ਵਾਸਤੇ ਮਾਣ ਵਾਲੀ ਗੱਲ ਹੈ, ਕਿਉਂਕਿ ਕਈ ਲੋਕਾਂ ਦੀ ਥਿੰਕਿੰਗ ਹੁੰਦੀ ਹੈ ਕਿ ਸਰਕਾਰੀ ਸਕੂਲ 'ਚ ਪੜ੍ਹਾਈ ਘੱਟ ਹੁੰਦੀ ਹੈ, ਪਰ ਜਦੋਂ ਇਹੋ ਜਿਹੇ ਬੱਚੇ ਸਾਹਮਣੇ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਸੋਚ ਜ਼ਰੂਰ ਬਦਲਦੀ ਉਹਨਾਂ ਦੀ। ਨਹੀਂ ਸਰ, ਮੈਂ ਇਹ ਗੱਲ ਨਹੀਂ ਕਹਿੰਦਾ ਵੀ ਸਕੂਲਾਂ ਵਿੱਚ ਪੜ੍ਹਾਈ ਘੱਟ ਹੁੰਦੀ ਹੈ, ਪੜ੍ਹਾਈ ਟੀਚਰ 'ਤੇ ਡਿਪੈਂਡ ਹੁੰਦੀ ਹੈ, ਵੀ ਉਹ ਕਿਸੇ ਵੀ ਸਕੂਲ ਦਾ ਹੋਵੇ, ਗੌਰਮੈਂਟ ਸਕੂਲ ਦਾ ਹੋਵੇ, ਪ੍ਰਾਈਵੇਟ ਸਕੂਲ ਦਾ ਹੋਵੇ, ਤਾਂ ਤੁਸੀਂ ਇਹ ਚੀਜ਼ ਨਹੀਂ ਕਹਿ ਸਕਦੇ ਵੀ ਗੌਰਮੈਂਟ ਸਕੂਲਾਂ ਦੇ ਵਿੱਚ ਪੜ੍ਹਾਈ ਘੱਟ ਹੁੰਦੀ ਹੈ, ਕਿਉਂਕਿ ਅਸੀਂ ਜਿਹੜੇ ਗੌਰਮੈਂਟ ਸਕੂਲਾਂ ਦੇ ਬੱਚੇ ਦੀ ਓਵਰਆਲ ਡਿਵੈਲਪਮੈਂਟ ਵੱਲ ਧਿਆਨ ਦਿੰਦੇ ਹਾਂ, ਅਸੀਂ ਇਕੱਲਾ ਇੱਕ ਕਿਤਾਬੀ ਕੀੜਾ ਨਹੀਂ ਬਣਾਉਂਦੇ। ਜਿਵੇਂ ਤੁਸੀਂ ਦੇਖਿਆ ਵੀ ਇਹਨਾਂ ਦੇ ਘਰ ਆਏ ਹੋ ਤੁਸੀਂ, ਤਾਂ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਹੈਗੇ ਚਾਹ ਬਣਾਉਂਦੇ ਆ, ਚਾਹ ਦਾ ਕੰਮ ਕਰਦੇ ਆ, ਮਦਰ ਹਾਊਸ ਵਾਈਫ ਹੈਗੇ ਆ, ਤਾਂ ਇਹ ਬੇਟੀ ਘਰ ਦਾ ਕੰਮ ਵੀ ਨਾਲ ਕਰਾਉਂਦੀ ਆ ਉਹਨਾਂ ਦੇ। ਮਤਲਬ ਅਸੀਂ ਇਹ ਨਹੀਂ ਕਹਿੰਦੇ ਕੋਈ ਬੱਚਾ ਜਿਹੜਾ ਹੈਗਾ ਕੰਮ ਕਰਾਉਂਦਾ ਜਾਂ ਅਦਰ ਐਕਟੀਵਿਟੀ ਦੇ ਵਿੱਚ ਪਾਰਟੀਸਪੇਟ ਕਰਦਾ ਤਾਂ ਉਹ ਪਿੱਛੇ ਰਹਿ ਜਾਂਦਾ, ਕਿਉਂਕਿ ਮੈਂ ਤਾਂ ਕਹਿੰਦਾ ਵੀ ਉਹਦਾ ਦਿਮਾਗ ਦੂਜਿਆਂ ਨਾਲ ਵੱਧ ਹੁੰਦਾ, ਕਿਉਂਕਿ ਐਟ ਏ ਟਾਈਮ ਕੋਈ ਡਿਸੀਜਨ ਲੈਣਾ, ਸਪੋਰਟਸਮੈਨ ਆ ਜੇ ਉਹਨੇ ਐਟ ਏ ਟਾਈਮ ਡਿਸੀਜਨ ਲੈਣਾ, ਮਿੰਟਾਂ ਸਕਿੰਟਾਂ ਦੀ ਗੇਮ ਹੁੰਦੀ ਹੈ, ਤਾਂ ਇਹ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਉਹਨਾਂ 'ਚੋਂ ਬੱਚਿਆਂ 'ਚ ਕੋਈ ਕਮੀ ਪੇਸ਼ੀ ਹੁੰਦੀ ਆ, ਤਾਂ ਉਹ ਬੱਚੇ ਜਿਹੜੇ ਗੌਰਮੈਂਟ ਸਕੂਲਾਂ ਦੀ ਤੁਸੀਂ ਪੜ੍ਹਾਈ ਦੀ ਗੱਲ ਕਰਦੇ ਹੋ, ਤੁਹਾਡੇ ਸਾਹਮਣੇ ਮਿਸਾਲ ਹੈਗੀ ਆ, ਕਿਉਂਕਿ ਇਹ ਗੱਲ ਅਸੀਂ ਇਸ ਲਈ ਕੀਤੀ ਨਾ ਕਿਉਂਕਿ ਇਹਨਾਂ ਨੇ ਕੋਈ ਟਿਊਸ਼ਨ ਵੀ ਨਹੀਂ ਰੱਖੀ ਹੋਈ, ਠੀਕ ਹੈ, ਇਹਨੇ ਤਾਂ ਪ੍ਰਾਈਵੇਟ ਸਕੂਲ ਜਿਸ ਤਰ੍ਹਾਂ ਬੱਚਾ ਸਕੂਲ 'ਚ ਅੱਡ ਪੜ੍ਹਦਾ ਹੈ, ਟਿਊਸ਼ਨ ਵੱਖਰੀ ਰੱਖਦਾ ਹੈ, ਬੱਚੇ ਕੋਈ ਟਿਊਸ਼ਨ ਵੀ ਨਹੀਂ ਰੱਖੀ, ਤਾਂ ਸਿਹਰਾ ਕਿਤੇ ਨਾ ਕਿਤੇ ਤੁਹਾਡੇ ਸਿਰ ਜ਼ਰੂਰ ਜਾਂਦਾ। ਸਰ ਜਿਹੜੇ ਦੇਖੋ, ਮੈਂ ਤਾਂ ਜਦੋਂ ਵੀ ਕਲਾਸਾਂ ਦੇ ਵਿੱਚ ਜਾਂਦਾ, ਕਿਸੇ ਵੀ ਗਰੁੱਪ ਦੇ ਵਿੱਚ ਹੈਗੇ, ਸਾਡੀ ਜਿਹੜੀ ਇਹ ਬੇਟੀ ਹੈਗੀ ਆ ਵੋਕੇਸ਼ਨ ਗਰੁੱਪ ਦੀ ਹੈਗੀ ਆ, ਸਾਡੇ ਸਾਰੇ ਸਟੇਟ ਚੱਲਦੀਆਂ ਸਕੂਲ ਦੇ ਵਿੱਚ, ਮੈਂ ਅਕਸਰ ਕਹਿੰਦਾ ਉਹਨਾਂ ਵੀ ਟੀਚਰ ਦੇ ਅਕੋਰਡਿੰਗ ਤੁਸੀਂ ਬੱਚਾ ਚੱਲੀ ਚਲੋ, ਤਾਂ ਤੁਸੀਂ ਕਦੇ ਵੀ ਮਾਰ ਨਹੀਂ ਖਾਂਦੇਗੇ, ਕਿਉਂਕਿ ਮੇਨ ਕੰਮ ਮਕਸਦ ਕੀ ਹੈ ਵੀ ਟੀਚਰ ਜਿਹੜਾ ਪੜ੍ਹਾਉਂਦਾ ਬੱਚਾ ਜਿਹੜਾ ਉਹਨੂੰ ਧਿਆਨ ਨਾਲ ਸੁਣ ਲੈਂਦਾ ਪੜ੍ਹ ਲੈਂਦਾ, ਤਾਂ ਉਹ ਕਦੇ ਵੀ ਮਾਰ ਖਾਂਦਾ। ਮੈਂ ਤਾਂ ਤੁਹਾਨੂੰ 100% ਗਰੰਟੀ ਨਾਲ ਕਹਿੰਦਾ ਇਹ ਵੀ ਜਿਹੜਾ ਬੱਚਾ ਟੀਚਰ ਦੇ ਅਕੋਰਡਿੰਗ ਚੱਲਦਾ ਤਾਂ ਉਹ 90% ਤੋਂ ਮਾਰਕਸ ਕਦੇ ਵੀ ਘੱਟੇ ਨਹੀਂ ਲਊਗਾ। ਤਾਂ ਜਿਹੜੇ ਹੈਗੇ ਆ ਵੀ ਟਿਊਸ਼ਨ ਵਰਕ, ਤਾਂ ਦੇਖੋ ਇੱਕ ਟ੍ਰੈਂਡ ਚੱਲ ਗਿਆ ਸਾਡਾ, ਕਿਉਂਕਿ ਪੇਰੈਂਟਸ ਨੂੰ ਵੀ ਹੁੰਦਾ ਵੀ ਟਿਊਸ਼ਨ 'ਤੇ ਭੇਜ ਦਿਓ, ਤਾਂ ਪ੍ਰਾਈਵੇਟ ਸਕੂਲਾਂ ਦੀਆਂ ਸੰਸਥਾਵਾਂ ਜਿਹੜਾ ਜ਼ਿਆਦਾ ਟਿਊਸ਼ਨ ਵਰਕ ਚੱਲਦਾ, ਤਾਂ ਸਾਡੇ ਤਾਂ ਮੇਰੇ ਖਿਆਲ ਬਹੁਤ ਘੱਟ ਬੱਚੇ ਹੈਗੇ ਆ ਜਿਹੜੇ ਕੋਈ ਜਾਂਦਾ ਵੀ ਹੈ ਮੈਡੀਕਲ ਗਰੁੱਪ ਦੇ ਵਿੱਚ, ਭਲਾ ਕੋਈ ਆਪਦੀ ਮਰਜ਼ੀ ਨਾਲ ਜਾਂਦਾ ਹੋਵੇ, ਅਤੇ ਮੈਂ ਤਾਂ ਕਹਿੰਦਾ ਉਹ ਟੀਚਰ ਤੋਂ ਤੁਸੀਂ ਇੱਥੇ ਜਿੰਨਾ ਮਰਜ਼ੀ ਕੁਐਸਚਨ ਆਨਸਰ ਕਰੋ, ਸਾਨੂੰ ਟੀਚਰ ਨੂੰ ਉਹਨੂੰ ਜ਼ਿਆਦਾ ਇੰਟਰਸਟ ਬਣਦਾ, ਕਿਉਂਕਿ ਇਹ ਬੱਚੇ 'ਤੇ ਡਿਪੈਂਡ ਕਰਦਾ ਬੱਚਾ ਕਿੰਨਾ ਕੁ ਇੰਟਰਸਟ ਆ ਜਿਹੜਾ ਪੜ੍ਹਦਾ। ਤਾਂ ਗੌਰਮੈਂਟ ਸਕੂਲ ਮੇਰੇ ਖਿਆਲ ਵੀ ਇਸ ਟਾਈਮ 'ਤੇ ਜਿੰਨੀ ਗੌਰਮੈਂਟ ਟੀਚਰ ਧਿਆਨ ਦੇ ਰਿਹਾ ਬੱਚਿਆਂ 'ਤੇ, ਪੜ੍ਹਾਈ ਵੱਲ ਧਿਆਨ ਦੇ ਰਿਹਾ, ਅਦਰ ਐਕਟੀਵਿਟੀ 'ਤੇ ਧਿਆਨ ਦੇ ਰਿਹਾ, ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਗੱਲੋਂ ਪਿੱਛੇ ਹੈਗੇ ਆ, ਕਿਉਂਕਿ ਅੱਜ ਕੱਲ੍ਹ ਗੌਰਮੈਂਟ ਅਤੇ ਪ੍ਰਾਈਵੇਟ ਸਕੂਲ ਦਾ ਕੋਈ ਕੰਪੀਟੀਸ਼ਨ ਬਰਾਬਰ ਹੈ, ਕੋਈ ਹੈ ਨਹੀਂ ਗਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ WhatsApp ਚੈਨਲ ਪਰ।